ਪਹਿਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਕਿਸਾਨਾਂ ਦੁਆਰਾ ਪੰਜਾਬ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਸੋ ਪ੍ਰਨੀਤ ਕੌਰ ਦਾ ਵਿਰੋਧ ਮੁੜ ਤੋਂ ਕੀਤਾ ਗਿਆ। ਕਿਸਾਨਾਂ ਨੇ ਚੋਣ ਮੀਟਿੰਗ ਦੇ ਦੌਰਾਨ ਪ੍ਰਨੀਤ ਕੌਰ ਦਾ ਜਿੱਥੇ ਵਿਰੋਧ ਕੀਤਾ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜ਼ੀਰਕਪੁਰ ਦੇ ਵਿੱਚ ਵਿਰੋਧਤਾ ਦੀ ਤਸਵੀਰ ਸਾਹਮਣੇ ਆਈ ਹੈ। ਸੋ ਮਹਾਰਾਣੀ ਪ੍ਰਨੀਤ ਕੌਰ ਦਾ ਪਹਿਲਾਂ ਵੀ ਕਾਫੀ ਥਾਈਂ ਜਿਹੜਾ ਹੈ ਵਿਰੋਧਤਾ ਦੇਖੀ ਗਈ ਹੈ। ਕਿਸਾਨਾਂ ਦੁਆਰਾ ਵਿਰੋਧ ਜਤਾਇਆ ਜਾ ਰਿਹਾ। ਇਹ ਇਕੱਲੇ ਪ੍ਰਨੀਤ ਕੌਰ ਨਹੀਂ, ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਨੇ ਉਹਨਾਂ ਨੂੰ ਕਿਸਾਨਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਇਹ ਤਸਵੀਰ ਜ਼ੀਰਕਪੁਰ ਤੋਂ ਹੈ ਜਿੱਥੇ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਹੋਇਆ। ਸਾਡੀ ਕਿਸਾਨ ਜਥੇਬੰਦੀ ਪੁਆਧ ਹੈ, ਜੋ ਇਸ ਇਲਾਕੇ ਦੀ ਲੋਕਲ ਹੈ, ਪੁਆਧ ਲੋਕਾਂ ਨੂੰ ਸਭ ਨੇ ਮਤਲਬ ਨਕਾਰਿਆ ਹੋਇਆ। ਇਹ ਚੌਥਾ ਖੇਤਰ ਹੈ ਜਿਹੜਾ ਸਾਡਾ ਸਤੰਭ ਹੈ, ਪੁਆਧ ਖਰੀਤੀ ਹੈ, ਪੁਆਧ ਇਲਾਕੇ 'ਚ ਵਸੇ ਪੁਆਧ ਇਲਾਕੇ ਨੂੰ ਵੋਟਾਂ ਮੰਗਣ ਆਈ ਹੈ। ਇਹਦਾ ਜੀਜਾ ਹੈ ਮਹਾਰਾਣੀ ਦਾ ਪਨੀਰਾ ਸਿਮਰ ਸਿੰਘ ਮਾਨ, ਜੋ ਅਕਾਲੀ ਦਲ ਮਾਨਦਾ ਹੈ, ਉਹ ਕਿਸਾਨਾਂ ਨੂੰ ਜੋਰ ਚੱਕੇ ਜੋ ਕਹਿੰਦਾ ਕਹਿੰਦਾ ਮਹਾਰਾਣੀ ਕਾਹਦੀ ਮਹਾਰਾਣੀ ਹੈ। ਤਾਂ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਕੁਲਦੀਪ ਜੁੜੇ ਨੇ। ਕੁਲਦੀਪ, ਆਖਿਰ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ, ਕੀ ਕੁਝ ਖਾਸ ਅਪਡੇਟ? ਹਾਂ ਗੁਰਪ੍ਰੀਤ ਜੀ, ਗੱਲ ਇਸ ਤਰ੍ਹਾਂ ਸੀ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਦੇ ਜੋ ਕਿ ਭਾਜਪਾ ਤੋਂ ਉਮੀਦਵਾਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ, ਉਹਨਾਂ ਦੇ ਅੱਜ ਸਵੇਰ ਤੋਂ ਹੀ ਜੀਰਕਪੁਰ ਹਲਕੇ ਦੇ ਵਿੱਚ ਚੁਣਾਵੀ ਦੌਰਾ ਚੱਲ ਰਿਹਾ ਸੀ। ਸਭ ਤੋਂ ਪਹਿਲਾਂ ਉਹ ਜੋ ਗੁਰਦੁਆਰਾ ਨਾਭਾ ਸਾਹਿਬ ਜੀ ਉੱਥੇ ਪਹੁੰਚੇ ਸਨ, ਤੇ ਉੱਥੇ ਹੀ ਪੁਆਧ ਜਥੇਬੰਦੀ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਸੀ ਤੇ ਵਿਰੋਧ ਕਰਨ ਵਾਸਤੇ। ਜਿਵੇਂ ਹੀ ਮਹਾਰਾਣੀ ਪ੍ਰਨੀਤ ਕੌਰ ਉੱਥੇ ਪਹੁੰਚੇ ਤਾਂ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦਾ ਮੰਗ ਕੀਤੀ ਗਈ ਹੈ, ਸਰਕਾਰ ਤੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹਨਾਂ ਦੀਆਂ ਚੁਣਾਵੀ ਮੀਟਿੰਗਾਂ ਨੂੰ ਬੈਨ ਕੀਤਾ ਜਾਵੇ, ਰੋਕ ਲਗਾਈ ਜਾਵੇ। ਵੱਡੇ ਪੱਧਰ ਦੇ ਉੱਪਰ ਕਿਸਾਨ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਨੇ। ਇਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ VIP ਰੋਡ ਦੇ ਉੱਤੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਦੌਰਾ ਡੇਰਾਬੱਸੀ ਦੇ ਵਿੱਚ ਹੈ ਜੀ। ਜੀ ਠੀਕ ਹੈ ਕੁਲਦੀਪ, ਸ਼ੁਕਰੀਆ ਤਮਾਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਸੋ ਜ਼ੀਰਕਪੁਰ ਦੇ ਵਿੱਚ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ, ਜੋ ਕਿ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਨੇ, ਉਹਨਾਂ ਦਾ ਵਿਰੋਧ ਹੋਇਆ। ਤਾਂ ਇੰਨੀ ਦਿਨੀ ਪੰਜਾਬ ਦੇ ਵਿੱਚ ਬੀਜੇਪੀ ਉਮੀਦਵਾਰਾਂ ਦੇ ਲਈ ਕਾਫੀ ਚਿੰਤਾ ਖੜੀ ਹੋਈ ਹੋਈ ਹੈ, ਕਿਉਂਕਿ ਕਿਸਾਨ ਜਿਹੜੇ ਵੀ ਪਿੰਡ ਜਾ ਰਹੀਆਂ ਨੇ ਉਮੀਦਵਾਰ ਤਾਂ ਉੱਥੇ ਵਿਰੋਧ ਕਰ ਰਹੇ ਨੇ। ਬਠਿੰਡਾ ਦੇ ਵਿੱਚ ਪਰਮਪਾਲ ਕੌਰ ਸਿੱਧੂ ਦਾ ਵਿਰੋਧ ਕੀਤਾ ਗਿਆ, ਕਾਲੀ ਝੰਡੀਆਂ ਦਿਖਾਈਆਂ ਗਈਆਂ ਨੇ, ਨਾਅਰੇਬਾਜ਼ੀ ਕੀਤੀ ਗਈ ਹੈ ਬੀਜੇਪੀ ਦੇ ਖਿਲਾਫ, ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਕੇ 'ਤੇ ਤੈਨਾਤ ਹੈ ਉੱਥੇ ਹੀ। ਬੀਤੇ ਦਿਨੀ ਕਈ ਪਿੰਡਾਂ ਦੇ ਵਿੱਚ ਤਾਂ ਪੁਲਿਸ ਇੰਨੀ ਗਿਣਤੀ ਦੇ ਵਿੱਚ ਤੈਨਾਤ ਕੀਤੀ ਗਈ ਕਿ ਪੂਰੇ ਪਿੰਡ ਨੂੰ ਹੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ ਰਾਣਾ ਸੋਢੀ ਦਾ ਵਿਰੋਧ ਜਿਹੜੀ ਹੈ ਬੀਤੇ ਦਿਨੀ ਦੇਖਣ ਨੂੰ ਮਿਲਿਆ। ਤਾਂ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਬਠਿੰਡਾ ਦੇ ਵਿੱਚ ਜਿਹੜਾ ਹੈ ਵਿਰੋਧ ਤਾਂ ਕੀਤੀ ਗਈ, ਕਾਲੀ ਝੰਡੇ ਦਿਖਾ ਕੇ ਵੱਡੀ ਗਿਣਤੀ ਦੇ ਵਿੱਚ ਮੌਕੇ 'ਤੇ ਪੁਲਿਸ ਤੈਨਾਤ ਕੀਤੀ ਗਈ। ਪਿੰਡ ਤੁੰਗਵਾਲੀ ਦੇ ਵਿੱਚ ਭਾਜਪਾ ਦੀ ਜਿਹੜੀ ਪਾਵਰ ਕਾ ਉਹ ਜਿਹੜੀ ਮਤਲਬ ਕੈਂਡੀਡੇਟ ਅਸੀਂ ਜਿੱਥੇ ਹੈ ਬਠਿੰਡੇ ਤੋਂ, ਉਹਦਾ ਅਸੀਂ ਸਗੁੱਤ ਮੋਰਚੇ ਕੰਨੋਂ ਵਿਰੋਧ ਕੀਤਾ, ਕਿਉਂਕਿ ਸਾਡਾ ਸਗੁੱਤ ਮੋਰਚੇ ਦਾ ਸੁਨੇਹੇ ਹੈ ਵੀ ਜਿੱਥੇ ਵੀ ਇਹ ਜਾਣਗੇ ਭਾਜਪਾ ਦੇ ਕਿੰਨੇ ਵੀ ਇਹ ਮੰਤਰੀ ਸੰਤਰੀ ਜਾਣਗੇ, ਇਹਨਾਂ ਦਾ ਵਿਰੋਧ ਕਰਨਾ, ਕਿਉਂਕਿ ਜਿਹੜੇ ਸਾਡਾ 700 ਕਿਸਾਨ ਮਜ਼ਦੂਰ ਦਿੱਲੀ ਦੀਆਂ ਬਾਰਡਰਾਂ ਦੇ ਉੱਤੇ ਸ਼ਹੀਦ ਕੀਤਾ ਇਹਨਾਂ ਨੇ, ਉਹ ਮੰਗਾਂ ਨੂੰ ਲੈ ਕੇ, ਤਾਂ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ ਜਿਵੇਂ ਸੁਨੇਹਾ ਆਊ। ਤਾਂ ਫੋਨ ਲਾਈਨ 'ਤੇ ਕੁਲਬੀਰ ਵੀਰਾ ਜੁੜੇ ਨੇ। ਕੁਲਬੀਰ, ਪਰਮਪਾਲ ਕੌਰ ਸਿੱਧੂ ਦਾ ਵਿਰੋਧ ਹੋਇਆ, ਆਖਿਰ ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਨੇ,
ਮੌਕੇ ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਮੀਦਵਾਰਾਂ ਦੁਆਰਾ ਕਿਸਾਨਾਂ ਦੇ ਨਾਲ ਕਿ ਆਖਿਰ ਦੱਸੋ ਮੰਗਾਂ ਕਿਹੜੀਆਂ ਨੇ। ਹਾਲਾਂਕਿ ਕਈ ਮੰਗਾਂ ਤਾਂ ਆਲਰੇਡੀ ਸਾਰਿਆਂ ਨੂੰ ਪਤਾ ਹੀ ਨੇ, ਲੇਕਿਨ ਇਹਨੀਂ ਦਿਨੀਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਮੇਨ ਮੰਨੀਆਂ ਜਾ ਰਹੀਆਂ ਨੇ ਕਿਸਾਨਾਂ ਦੁਆਰਾ?